अस्सलामुअलैकुम जी, की हाल है जी। बेलियो मित्रों, सजनों भराओ, उम्मीद है कि तुम सारे खैर खरीयत नाल होंगे। तो थानू अज असी सुनाने एक कहानी, कहानी बड़ी मजाई है, तो पूरी सुनियो, बड़ा मज़ा आएगा इंशाल्लाह। एक हमाम वाला हुंदा, तो उदे कोल एक गाहक हुंदा, एक चौधरी साहब गड्डी ते, बड़ी वड्डी गड्डी ते, वो आके कोई शेव शुभ करवाउंदा वा, तो बेली ने गला गुला सुनाउंदा, तो ना ही बड़ा खुश हुंदा कि चौधरी आया, तो चौधरी अज कुछ दे के जाएगा। चौधरी ओके मंगवाउंदा सिगरटां दी डब्बी, कि जा मुंडे नूं भेज, छोटे जा मुंडे नूं भेज के ना एक सिगरटां दी डब्बी मंगा गोल्ड लीफ दी। ना ही बड़ा राजी होके तो मुंडे नूं भेजदा वा सिगरटां लैण। चौधरी सिगरटां जदों दिंदा लिया के उन्हूं, तो शेव शुभ करा के जांदा, तो ना ही जिहड़ा बकाया हुंदा ना चौधरी नूं दिंदा। चौधरी कहिंदा रख लै, कोई नहीं तू अपना भरा वा, तू रख लै। ना ही बड़ा राजी हुंदा कि चौधरी बंदा बड़ा अच्छा वा, मैनू सारे पैसे दे गया बाकी दे जड़े सिगरटां चों बकाया बचे सी। दो तीन दिन लंघदे आ, तो चौधरी फिर चौधरी साहब हुणी फिर आउंदे आ गड्डी ते, गड्डी आ खलोंदी आ। ना ही फिर ना ही कहिंदा अज चौधरी साहब लई जा मुंडे नूं कहिंदा भेजदा जा बोतल लै के आ नाल सिगरटां उहदे कोले मंगा के, तो लै आंदा पहले ही। चौधरी साहब हुणे सिगरटां भी पीते आ, तो बोतल फोतल पी के, तो खत खुत करा के ना इहनूं दिंदे 500 रुपया। ना ही बड़ा बेली फूफा हुंदा कि ना चौधरी अज फिर मैनूं टिप दे गया। अच्छा, दिन इदे दिहाड़े लंघदे रहिंदे आ वाहवा। ना इहनूं पैसे लभदे रहिंदे, ना ही कहिंदा चौधरी बड़ा चंगा वा, तो चौधरी मेरा बड़ा ख्याल करदा वा, मैनूं कदी 200 कदी 500 दे जांदा वध। ਇੱਦਾਂ ਹੀ ਵਾਹਵਾ ਦਿਨ ਲੰਘ ਜਾਂਦੇ ਆ, ਅਤੇ ਚੌਧਰੀ ਇੱਕ ਦਿਨ ਆਉਂਦਾ ਨਸਾ ਨਸਾ ਪੈਦਲ ਹੀ ਆਉਂਦਾ ਵਾ, ਅਤੇ ਖਤ ਕਰਾਉਂਦਾ ਵਾ, ਅਤੇ ਖਤ ਕਰਾ ਕੇ ਨਾ ਚੌਧਰੀ ਨੂੰ ਕਹਿੰਦਾ ਉਹ ਯਾਰ ਉਹ ਮੈਨੂੰ ਚੇਤਾ ਯਾਦ ਨਹੀਂ ਰਿਹਾ, ਕਹਿੰਦਾ ਅੱਬੇ ਹੁਣੀ ਖੜੇ ਸੀ ਚੌਕ ਵਿੱਚ, ਉੱਥੇ ਗੱਡੀ ਵੀ ਉੱਥੇ ਆ, ਅਤੇ ਮੈਂ ਪੈਦਲ ਹੀ ਆਇਆ, ਤਾਂ ਉਹਨਾਂ ਨੂੰ ਦੇਣੀ ਸੀ ਮਠਿਆਈ, ਉਹ ਯਾਰ ਨਿੱਕੇ ਭਰਾ ਦੀ ਮੰਗਣੀ ਕਰਨ, ਤੂੰ ਐਵੇਂ ਕਰ ਮੈਨੂੰ ਮੋਟਰਸਾਈਕਲ ਦੀ ਚਾਬੀ ਦੇ ਦੇ, ਮੈਂ ਨਾ ਉਹਨਾਂ ਨੂੰ ਮਠਿਆਈ ਲੈ ਕੇ ਦੇ ਆਇਆ ਵਾਂ। ਨਾ ਹੀ ਚੋਰੀ ਨੂੰ ਦੇ ਦਿੰਦਾ ਵਾ ਮੋਟਰਸਾਈਕਲ, ਗੁਆਂਢੀਆਂ ਦਾ ਮੰਗ ਕੇ ਮੋਟਰਸਾਈਕਲ, ਨਾ ਹੀ ਕੋਈ ਆਪਦਾ ਤਾਂ ਹੁੰਦਾ ਨਹੀਂ ਮੋਟਰਸਾਈਕਲ, ਹੁੰਦਾ ਹੀ ਮਾੜਾ ਬੰਦਾ ਸੀ, ਗੁਆਂਢੀ ਹੁੰਦੇ ਉਹਨਾਂ ਦਾ ਮੋਟਰਸਾਈਕਲ ਲਿਆ ਕੇ, ਤਾਂ ਨਾ ਹੀ ਉਹਨੂੰ ਮੋਟਰਸਾਈਕਲ ਦੇ ਦਿੰਦਾ। ਚੋਰੀ ਸਾਹਿਬ ਹੁਣੇ ਮੋਟਰਸਾਈਕਲ ਨੂੰ ਮਾਰਦੇ ਕਿੱਕ, ਤਾਂ ਚਲੇ ਜਾਂਦੇ। ਉਹ ਚੋਰੀ ਗਿਆ, ਇੱਕ ਘੰਟਾ ਲੰਘ, ਦੋ ਘੰਟੇ ਲੰਘ, ਚੋਰੀ ਸਾਹਿਬ ਵਾਪਸ ਨਹੀਂ ਆਉਂਦੇ। ਉਹ ਮੋਟਰਸਾਈਕਲ ਵਾਲੇ ਹੁੰਦੇ ਆ ਚੋਰੀ ਦੇ ਕੋਲ, ਚੌਧਰੀ ਉਹ ਤੇਰਾ ਨਾਈ ਕੋਲ ਹੁੰਦੇ ਆ ਮੋਟਰਸਾਈਕਲ ਵਾਲੇ, ਕਿ ਨਾਈ ਉਹ ਤੇਰਾ ਚੋਰੀ ਨਹੀਂ ਆਇਆ ਮੋਟਰਸਾਈਕਲ ਦੇ ਸਾਡਾ, ਅਸੀਂ ਕੰਮ ਜਾਣਾ। ਨਾਈ ਕਹਿੰਦਾ ਚੋਰੀ ਆਉਂਦਾ ਤਾਂ ਮੈਂ ਦਿੰਦਾ, ਚੋਰੀ ਆਉਂਦਾ ਦਿੰਦਾ। ਉਹ ਇੱਦਾਂ ਹੀ ਸ਼ਾਮ ਪੈ ਜਾਂਦੀ ਆ, ਇੱਕ ਦਿਨ ਲੰਘ, ਦੋ ਦਿਨ ਲੰਘ, ਉਹ ਭਾਈ ਪਿੰਡ ਪਰਿਆ ਰੱਖੀ ਜਾਂਦੀ ਆ ਕਿ ਨਾਈ ਸਾਡਾ ਮੋਟਰਸਾਈਕਲ ਲੈ ਗਿਆ, ਇਹਨੇ ਮੰਗ ਕੇ ਕਿਸੇ ਬੰਦੇ ਨੂੰ ਤਾਂ ਸਾਡਾ ਮੋਟਰਸਾਈਕਲ ਦੇਵੇ ਜਾਂ ਪੈਸੇ ਦੇਵੇ। ਨਾਈ ਸਾਹਿਬ ਹੁਣ ਇੱਦਾਂ ਮਾੜੇ ਬੰਦੇ ਹੁੰਦੇ ਆ, ਹੁਣ ਇਹ ਪੈਂਦਾ ਇਹ ਕੀ ਹੋਇਆ ਮੇਰੇ ਨਾਲ, ਕਿ ਚੋਰੀ ਤਾਂ ਮੇਰੇ ਨਾਲ ਹੱਥ ਕਰ ਗਿਆ। ਭਾਈ ਪਿੰਡ ਵਿੱਚ ਪਰਿਆ ਹੋ ਜਾਂਦੀ ਆ, ਨਾ ਹੀ ਬੜਾ ਤਲੇ ਰਹਿੰਦਾ, ਕੋਈ ਮੋਟਰਸਾਈਕਲ ਤਾਂ ਮੇਰਾ ਚੌਧਰੀ ਲੈ ਗਿਆ, ਮੈਂ ਤੁਹਾਨੂੰ ਪੈਸੇ ਕਿੱਥੋਂ ਦੇਵਾਂ, ਮੈਂ ਤਾਂ ਮਾੜਾ ਬੰਦਾ, ਮੈਂ ਤਾਂ ਮਰਦਾ। ਉਹਨੇ ਕਿਹਾ ਕਹਾਣੀ ਸੁਣਾਈ ਨਾ ਸਾਰੀ, ਕਿ ਮੈਨੂੰ ਚੋਰੀ ਕਦੀ 500 ਵੱਧ ਦਿੰਦਾ ਸੀ, ਕਦੀ 200, ਮੈਂ ਤਾਂ ਉੱਥੇ ਐਤਬਾਰ ਕੀਤਾ। ਉਹਨਾਂ ਨੇ ਕਿਹਾ 500-200 ਤੂੰ ਵੱਧ ਲੈਂਦਾ ਸੀ, ਇਹ ਨਹੀਂ ਸੀ ਲੈਂਦੇ ਮੋਟਰਸਾਈਕਲ, ਤੂੰ ਰਹਿੰਦਾ ਵਾਪਸ ਮੋੜ, ਜਿੱਥੋਂ ਮਰਜ਼ੀ ਮੋੜ। ਅੱਛਾ, ਚੌਧਰੀ ਸਾਹਿਬ ਹੁਣੇ ਹੁਣ ਨਾਈ ਸਾਹਿਬ ਨੇ ਹੁਣ ਸੋਚਦੇ ਆ ਕੀ ਕਰਾਂ, ਫਸਤ ਗਿਆ ਮੋਟਰਸਾਈਕਲ ਦੇ ਬੈਠਾ, ਚੋਰੀ ਨੂੰ ਬੇਲੀ ਬਣੇ ਬਣਿਆ ਸੀ। ਅੱਛਾ, ਕਹਿੰਦਾ ਮੈਨੂੰ ਟਾਈਮ ਦੋ ਕੁ 5 ਦਿਨਾਂ ਦਾ, ਤੁਹਾਨੂੰ ਮੈਂ ਦਿੰਦਾ ਮੋਟਰਸਾਈਕਲ। ਉਹ ਫਿਰ ਦੂਏ ਦਿਨ ਹੀ ਸ਼ਾਮ ਨੂੰ ਚੋਰੀ ਸਾਹਿਬ ਹੁਣੀ ਆਉਂਦੇ ਆ ਗੱਡੀ 'ਤੇ, ਨਾ ਹੀ ਬੜਾ ਤੱਤਾ ਉਸਤਾ ਤਿੱਖਾ ਕਰਨਾ ਪੈਂਦਾ ਕਿ ਅੱਜ ਚੋਰੀ ਨਹੀਂ ਜਾਂ ਮੈਂ ਨਹੀਂ। ਅਤੇ ਉਹ ਨਾ ਹੀ ਚੋਰੀ ਦੁਕਾਨ 'ਚ ਵੜਦਾ, ਅਤੇ ਨਾ ਹੀ ਕਹਿੰਦਾ ਚੋਰੀ ਤੂੰ ਮੇਰੇ ਨਾਲ ਬੜਾ ਨਾ ਮੇਰੇ ਨਾਲ ਵਾਅਦਾ ਕੀਤਾ, ਮੈਂ ਉਹ ਮੋਟਰਸਾਈਕਲ ਵਾਲੇ ਮੇਰੇ ਮਗਨ ਲੱਗੇ ਐਂ ਹੋਇਆ, ਉਹ ਮੈਂ ਤੈਨੂੰ ਐਵੇਂ ਕਰਦਾਂਗਾ। ਉਹ ਚੋਰੀ ਕਹਿੰਦਾ ਤੱਤਾ ਨਾ ਹੋ, ਮੇਰੀ ਗੱਲ ਤਾਂ ਸੁਣ, ਮੇਰੇ ਨਾਲ ਅਸਲ 'ਚ ਹੱਥ ਹੋ ਗਿਆ, ਮੈਂ ਚੌਂਕ 'ਚ ਗਿਆ ਅਗਲੇ ਪਾਸੇ, ਮੇਰੇ ਨਾਲ ਮੋਟਰਸਾਈਕਲ ਕੋਈ ਖੋਹ ਕੇ ਲੈ ਗਿਆ, ਮੇਰੇ ਨਾਲ ਐਂ ਹੋ ਗਿਆ, ਉਹ ਤੇਰਾ ਮੋਟਰਸਾਈਕਲ ਵੀ ਗਿਆ, ਤੂੰ ਟੈਨਸ਼ਨ ਨਾ ਲੈ, ਮੈਂ ਅਗਰ ਠੱਗ ਹੁੰਦਾ ਤਾਂ ਮੈਂ ਤੇਰੇ ਕੋਲ ਕਿਉਂ ਆਉਂਦਾ, ਮੈਂ ਤੇਰਾ ਮੋਟਰਸਾਈਕਲ ਲੈ ਗਿਆ ਸੀ, ਮੈਂ ਠੱਗ ਹੁੰਦਾ ਤਾਂ ਮੈਂ ਤੇਰੇ ਕੋਲ ਕਿਉਂ ਆਉਂਦਾ। ਉਹਨੇ ਕਹਾ ਜਿਹੜੇ ਤੇਰੇ ਕੋਲ ਪੈਸੇ ਮੰਗਦੇ ਮੈਂ ਉਹਦੇ ਪੈਸੇ ਦੇਣੇ, ਉਹਨੇ ਕਿਹਾ ਮੈਨੂੰ ਪਿੰਡ ਲੈ ਚੱਲ ਤਾਂ ਮੈਂ ਉਹਦਾ ਕਰਦਾ। ਉਹ ਭਾਈ ਚੋਰੀ ਨੂੰ ਪਿੰਡ ਲੈ ਜਾਂਦਾ, ਜਿਹਨਾਂ ਦਾ ਮੋਟਰਸਾਈਕਲ ਉਹਨਾਂ ਨੂੰ ਵੀ ਸਾਰ ਲੈਂਦਾ, ਤਾਂ ਉੱਥੇ ਜਾ ਕੇ ਉਹ ਚੋਰੀ ਆਪਣੀ ਸਾਰੀ ਗੱਲ ਸੁਣਾਉਂਦਾ ਬੰਦਿਆਂ ਨੂੰ
कमेना पाइया हुई है। जे मैं ठग हूं तो मैं थोड़े को क्यों दान का तुम मोटरसाइकिल किन्ने का सुना 43,000 का। उन्हें कहा भाई तुम मेरे को वध लै लियो 45 लै लियो 50 लै लियो लेकिन मैं चोर कोई नहीं थानू तो मेरे नाल शहर चलो थानू तो मैं नवा मोटरसाइकिल लै दिना। वो बंदे बड़े राजी होंगे उन्हें कहा चोरी बंदा यार ठग नहीं बंदा ठीक है तुम तो नाल चलो। वो चले जाते मोटरसाइकिल लैन वास्ते वो नाल। इतों कहानी बड़ी इंट्रस्टिंग इतों तो जेडे भरा साढ़े चैनल पर नवे आ साडे उन्होंने रिक्वेस्ट है कि साढ़े चैनल में सबसक्राइब भी करियो थानू इदा दी कहानियां लभदे रहणगे इंशाल्लाह साढ़े चैनल पर। वो चोरी उन्होंने गड्डी च बिठाउंदा तो लै जांदा शहर। उन्होंने राह में चोरी आप ही कहिंदा कि तुसी ना मोटरसाइकिल चंगा लैना तुसी माड़े मोटरसाइकिल ते हाथ नहीं रखना। जे थोड़ा वो 40 दा सी या 43 दा सी तुसी 50 वाला मोटरसाइकिल पसंद करना तुसी माड़ा मोटरसाइकिल पसंद नहीं करना। वो बड़े वेली खुश होंगे आ जिन्हों का मोटरसाइकिल होंगे वह भी तो नाल नाई भी। उन्होंने कहा भी चोरी बंदा ठीक है चोरी बंदा ठग हुआ चोरी यह गल ना कहता। वो एक जाते शोरूम तो उत्थे जाके मोटरसाइकिल करते भैया पसंद। वो जिन्हों का मोटरसाइकिल गवाचा हों पहले तो लैन जाते ट्राई वो आते तो चोरी पुछता हाँ भी किवें आवाज मोटरसाइकिल ठीक आ वेखी मैंने बंदे दो नंबर जहाँ लगता मोटरसाइकिल चैक कर लो चंगी तरह। वो कहता मैंने लगता थोड़ी थोड़ी आवाज जी होंगी। वो नाई को कहता यार तू ट्राई लैके आ। नाई ट्राई लैके आता तो नाई भी कहता हाँ थोड़ी थोड़ी आवाज जी मैनू आँदी आ तो इवें तुसी चैक करो। वो चौधरी मारता मोटरसाइकिल किक चोरी साहब ने फिर वापस नहीं आते जिदा पहले हसले हसदे ममूल जिदा पहले लै गए होंगे मोटरसाइकिल। घंटा नंघ दो नंघ वो शोरूम वाले कहें भाई थोड़ा मोटरसाइकिल लियाओ मोटरसाइकिल कितने जा पैसे रखो इतने इन्हें थोड़ा 45,000 का मोटरसाइकिल। हूँ जिन्हों का मोटरसाइकिल पहले गवाचा हों भी वेखते नाई के मूँह वाल तो नाई उन्होंने मूँह वाल वेखता है कि हुई। वो बेलिया मुड़ के घंट उन्होंने पैसे देने पेंदे आ जरा 45,000 रुपया जोड़ा दिता हों ना चोरी वाला मोटरसाइकिल वो जो जिन्हों का मोटरसाइकिल गवाचा नाई ने दिता सी 45,000 भरते आ वो नाई नू शोरूम वाले तो नाई उन्होंने दिता 43,000 रुपया उन्होंने चोरिया 2,000 आदि को पा के तो उन्होंने 45,000 पूरा करके देंगे। तो कैसी लगी साड़ी स्टोरी तो एवें ना लोगों दलों में नहीं आईदा तो किसी के सूट बूट ना वेख के तो उन्होंने चोरी नहीं मन बैठीदा। तो ये कई बार सफेद कपड़े ना बड़े ठग भी होंगे आ। तो साड़ी इस स्टोरी का थानू यह मकसद आ कि एवं चिट्ट सफेद पुछी तो ना किसी के जाना तो बिचों जेब तो खोटे ही होंगे तो खाली होंगे आ। तो दुआव से याद रखियो साढ़े चैनल में सबसक्राइब करियो साडा ख्याल रखने वास्ते। ये सानू दो इजाजत अल्लाह हाफिज़।